ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਲੀਡਰਾਂ ਨੇ ਪੂਰੀ ਤਿਆਰੀਆਂ ਖਿੱਚੀਆਂ ਹੋਈਆਂ ਨੇ ਤੇ ਹਰ ਉਮੀਦਵਾਰ ਆਪਣੀ ਆਪਣੀ ਜਿੱਤ ਦੀ ਦਾਅਵੇਦਾਰੀ ਵੀ ਠੋਕ ਰਿਹਾ, ਉੱਥੇ ਹੁਣ ਲੋਕ ਵੀ ਉਮੀਦਵਾਰਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਵੋਟਰਾਂ ਲਈ ਕੀ ਕੀਤਾ। ਜਦੋਂ ਕਿ ਵੋਟਰਾਂ ਨੂੰ ਹਰ ਵਾਰ ਲਾਰਿਆਂ ਦੇ ਵਿੱਚ ਰੱਖਿਆ ਜਾਂਦਾ ਕਿ ਅਸੀਂ ਵੋਟਰਾਂ ਨੂੰ ਨੌਕਰੀਆਂ ਤੇ ਹੋਰ ਰੋਜ਼ਗਾਰ ਦੇਵਾਂਗੇ, ਜਿਸ ਦੇ ਤਹਿਤ ਹੁਣ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਵਿੱਚ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਐਂਟਰੀ ਗੇਟ ਤੇ ਹੀ ਬੈਨਰ ਲਗਾ ਦਿੱਤੇ ਗਏ ਕਿ ਜੇਕਰ ਕੋਈ ਵੀ ਉਮੀਦਵਾਰ ਵੋਟ ਲੈਣ ਆਵੇਗਾ ਤਾਂ ਇਹਨਾਂ 6 ਸਵਾਲਾਂ ਦੇ ਜਵਾਬ ਦੇਵੇ ਅਤੇ ਫਿਰ ਹੀ ਉਮੀਦਵਾਰ ਵੋਟ ਲੈਣ ਦਾ ਹੱਕਦਾਰ ਹੋਵੇਗਾ। ਇਸ ਮੌਕੇ ਪਿੰਡ ਵਾਸੀ ਕੁਲਵਿੰਦਰ ਕੌਰ, ਲਖਵਿੰਦਰ ਕੌਰ ਅਤੇ ਸੁਰਿੰਦਰਪਾਲ ਨੇ ਕਿਹਾ ਕਿ ਅਸੀਂ ਪਿੰਡ ਦੇ ਦਾਖਲ ਹੁੰਦੇ ਸਾਰ ਹੀ ਇਹ ਬੈਨਰ ਇਸ ਕਰਕੇ ਲਗਾਏ ਨੇ ਕਿਉਂਕਿ ਉਮੀਦਵਾਰ ਵੋਟਾਂ ਲੈਣ ਤੋਂ ਬਾਅਦ ਜਿੱਤ ਕੇ ਪਿੰਡਾਂ ਦੇ ਵਿੱਚ ਨਹੀਂ ਆਉਂਦੇ। ਉਮੀਦਵਾਰਾਂ ਤੋਂ ਅਸੀਂ ਇਹਨਾਂ 6 ਸਵਾਲਾਂ ਦੇ ਜਵਾਬ ਲਵਾਂਗੇ, ਜਿਸ ਦੇ ਵਿੱਚ ਰੋਜ਼ਗਾਰ ਪ੍ਰਾਪਤੀ, ਕਿਸਾਨੀ ਮਸਲੇ, ਨਰੇਗਾ ਕਾਮਿਆਂ ਦੇ ਮਸਲੇ, ਨਸ਼ਾ ਅਤੇ ਦਿਨੋ ਦਿਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਰੁੱਖ ਕਰਨਾ। ਇਹਨਾਂ ਸਭ ਸਵਾਲਾਂ ਦੇ ਜਵਾਬ ਲੈਣ ਤੋਂ ਬਾਅਦ ਹੀ ਜੋ ਉਮੀਦਵਾਰ ਇਹਨਾਂ ਸਭ ਸਵਾਲਾਂ ਦੇ ਜਵਾਬ ਦੇਵੇਗਾ ਉਸ ਉਮੀਦਵਾਰ ਨੂੰ ਹੀ ਉਹ ਵੋਟ ਪਾਣਗੇ। ਲੀਡਰਾਂ ਦਾ ਜੋ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆ ਰਿਹਾ ਉਹਨਾਂ ਦਾ ਸਵਾਗਤ ਹੈ ਜੀ ਆਉਣ 'ਤੇ, ਪਰ ਸਾਡੇ ਕੁਛ ਸਵਾਲ ਨੇ ਜਿਨ੍ਹਾਂ ਦੇ ਜਵਾਬ ਕਾਫੀ ਲੰਮੇ ਸਮੇਂ ਤੋਂ ਕੋਈ ਨਹੀਂ ਕਰ ਰਿਹਾ, ਕੋਈ ਜਵਾਬ ਨਹੀਂ ਦੇ ਰਿਹਾ। ਅਤੇ ਹੁਣ ਤਾਂ ਦੇਖੋ ਤੁਸੀਂ ਲੀਡਰ ਪਿੰਡਾਂ ਦੇ ਵਿੱਚ ਆਉਣ ਤੋਂ ਵੀ ਕਤਰਾਉਂਦੇ ਨੇ, ਉਹ ਮਾਹੌਲ ਹੋਇਆ ਪਿਆ। ਅਤੇ ਦੂਜਾ ਜਿਹੜਾ ਇੱਕ ਰੁਜ਼ਗਾਰ ਨੂੰ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਰਾਮਗੜ੍ਹ ਦੇ ਵਿੱਚ ਉਹ ਕੀ ਕਰ ਰਹੇ ਨੇ, ਵੀ ਪੂਰੇ ਪੰਜਾਬ ਦਾ ਹੀ ਮਾਮਲਾ ਇਹ। ਰੁਜ਼ਗਾਰ ਨੂੰ ਲੈ ਕੇ ਜਿਹੜਾ ਸਾਡਾ ਮੁੱਦਾ ਉੱਠਿਆ ਹੋਇਆ ਵੀ ਰੁਜ਼ਗਾਰ ਹੈ ਨਹੀਂ ਪੰਜਾਬ ਦੇ ਵਿੱਚ, ਕੋਈ ਰੁਜ਼ਗਾਰ ਨਹੀਂ, ਉਹਦੀ ਕੋਈ ਗੱਲੇ ਨਹੀਂ ਕਰ ਰਿਹਾ ਰੁਜ਼ਗਾਰ ਦੀ। ਬੇਰੁਜ਼ਗਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ, ਅਤੇ ਬੇਰੁਜ਼ਗਾਰੀ ਹੋਣ ਦੇ ਨਾਲ ਨਾਲ ਤੁਸੀਂ ਦੇਖੋ ਵੀ ਨਸ਼ਿਆਂ ਦੀ ਲੱਤ ਪੱਤ ਪਿੰਡਾਂ ਦੇ ਵਿੱਚ ਆਮ, ਤੁਹਾਨੂੰ ਜਿਹੜੇ ਟਾਣੀਆਂ ਬਣਾਈ ਬੈਠੇ ਨੇ ਮੁੰਡੇ, ਜਦੋਂ ਕੰਮ ਨਹੀਂ ਰੁਜ਼ਗਾਰ ਨਹੀਂ ਤਾਂ ਉਹ ਨਸ਼ਿਆਂ ਵਾਲੀ ਉਹਦੇ 'ਤੇ ਜਾਂਦੇ ਨੇ। ਅਤੇ ਛੋਟੇ ਕਿਸਾਨ ਨੇ, ਕਿਸਾਨਾਂ ਦੀ ਵੀ ਆਪਾਂ ਜੇ ਗੱਲ ਕਰਦੇ ਹਾਂ, ਰੁਜ਼ਗਾਰ ਦੀ ਉਹ ਗੱਲ ਆ ਉਹਨਾਂ ਦੇ ਵੀ। ਤੁਸੀਂ ਇਹ ਦੇਖੋ ਵੀ ਕਿਸਾਨਾਂ ਨੂੰ ਜਿਹੜਾ ਮਨਰੇਗਾ ਤੋਂ ਵੀ ਲਾਭ ਮਿਲਣਾ, ਜਿਹੜਾ ਇੱਕ ਸਾਡੇ ਲਈ ਰੁਜ਼ਗਾਰ ਦਿੱਤਾ ਹੋਇਆ ਮਨਰੇਗਾ ਤੋਂ ਵੀ, ਮਨਰੇਗਾ ਰਾਹੀਂ ਵੀ ਉਹਨੂੰ ਵੀ ਉਥਲ ਪੁਥਲ ਕੀਤਾ ਹੋਇਆ ਉਹਨਾਂ ਨੇ, ਉਹ ਵੀ ਸਹੀ ਢੰਗ ਨਾਲ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਵੀ ਉਹਦੇ ਤੋਂ ਲਾਭ ਮਿਲ ਸਕਦਾ, ਜਿਹੜੇ 5 ਏਕੜ ਤੋਂ ਘੱਟ ਵਾਲੇ ਕਿਸਾਨ ਨੇ ਉਹਨਾਂ ਲਈ ਉਹ ਮਤਲਬ ਕੀ ਰੁਜ਼ਗਾਰ ਆ ਉਹਨਾਂ ਲਈ, ਸਾਡੇ ਲੋਕਾਂ ਲਈ, ਸਾਡੇ ਪਿੰਡਾਂ ਲਈ। ਜਿਹੜਾ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆ ਰਿਹਾ, ਅਸੀਂ ਉਹਨਾਂ ਨੂੰ ਇਹ ਸਵਾਲ ਲਿਖੇ ਹੋਏ ਨੇ, ਜੋ ਵੀ ਆਏਗਾ ਸਾਡੀ ਇਹ ਅਪੀਲ ਆ ਵੀ ਉਹ ਇਹ ਸਵਾਲਾਂ ਦੇ ਜਵਾਬ ਨਾਲ ਲੈ ਕੇ ਆਵੇ। ਨਸ਼ੇ 'ਚ ਲੱਤ ਪੱਤ ਨੇ ਜਿਹੜੇ ਮੁੰਡਿਆਂ ਨੇ ਅੱਜ ਤੱਕ ਬੁਢਾਪੇ ਮਾਂ ਬਾਪ ਦਾ ਸਹਾਰਾ ਬਣਨਾ ਸੀ, ਨੌਜਵਾਨਾਂ ਨੇ ਉਹ ਅੱਜ ਮਾਂ ਬਾਪ ਉਹਨਾਂ ਦਾ ਸਹਾਰਾ ਬਣ ਰਹੇ ਨੇ, ਉਹਨਾਂ ਨੂੰ ਦੇ ਰਹੇ ਨੇ ਉਹ ਖਾਣ ਨੂੰ। ਤੁਸੀਂ ਕਿਤੇ ਵੀ ਦੇਖ ਲਿਓ ਹਾਲਾਤ ਕੀ ਨੇ, ਪਿੰਡ ਲਈ ਰਾਮਗੜ੍ਹ ਲਈ ਉਹ ਕਰਨਗੇ ਕੀ ਉਮੀਦਵਾਰ ਜੋ ਵੀ ਆਉਣਗੇ, ਅਤੇ ਇਹ ਸਵਾਲ ਆਪਣੇ ਨਾਲ ਲੈ ਕੇ ਆਉਣਾ। 74 ਸਾਲਾਂ ਤੋਂ ਅਸੀਂ ਦੱਬੇ ਕੁਚਲੇ ਹਾਂ, ਸਾਨੂੰ ਕੋਈ ਨਹੀਂ ਪੁੱਛ ਰਿਹਾ। ਅਸੀਂ ਹਰ ਵਾਰ ਉਹਨਾਂ ਦੀ ਗੱਲ ਸੁਣ ਕੇ, ਉਹਨਾਂ ਨੂੰ ਇਕੱਠ ਦਿਖਾ ਕੇ ਲੀਡਰਾਂ ਦਾ, ਉਹ ਆਪਣੀ ਭਾਸ਼ਣ ਕਰਕੇ ਵਾਪਸ ਚਲੇ ਜਾਂਦੇ ਨੇ, ਤੁਹਾਡੇ ਲਈ ਇਹ ਕਰਾਂਗੇ, ਤੁਹਾਡੇ ਲਈ ਉਹ ਕਰਾਂ, ਉਹ ਜਵਾਨੀ ਗੱਲਾਂ ਨੇ। ਇਸ ਲਈ ਅਸੀਂ ਆਪਣਾ ਬਾਜ਼ਾਰ ਬਣਾਇਆ, 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦਾ ਜਨਮ ਦਿਨ ਸੀ, ਉੱਥੇ ਅਸੀਂ ਪਿੰਡ ਪੱਧਰ 'ਤੇ ਆਪਣਾ ਪਿੰਡ ਵਾਲਿਆਂ ਨੇ ਇਕੱਠ ਕਰਕੇ ਉੱਥੇ ਇਹ ਫੈਸਲਾ ਲਿਆ, ਜੇਕਰ ਕੋਈ ਵੋਟਾਂ ਲੈਣ ਲਈ ਆਉਂਦਾ ਸਾਨੂੰ ਸਵਾਲ ਜਵਾਬ ਕਰਨੇ ਚਾਹੀਦੇ। ਇਹ 6 ਸਵਾਲ ਨੇ ਸਾਡੇ ਲਿਖੇ ਹੋਏ, ਤੁਸੀਂ ਬੈਨਰਾਂ ਰਾਹੀਂ ਉਹਨਾਂ ਨੂੰ ਦੇਖ ਸਕਦੇ ਹੋ। ਨਸ਼ਿਆਂ ਨੂੰ ਲੈ ਕੇ ਆ, ਰੁਜ਼ਗਾਰ ਨੂੰ ਲੈ ਕੇ ਆ, ਕਿਸਾਨਾਂ ਨੂੰ ਲੈ ਕੇ ਆ, ਜਿਹੜੇ ਆਪਣੇ ਵਿਦੇਸ਼ ਜਾ ਰਹੇ ਨੇ ਪਿੰਡ ਛੱਡਣੇ ਕਿਉਂ ਪੈ ਰਹੇ ਨੇ ਬੱਚਿਆਂ ਨੂੰ, ਉਹਨਾਂ ਨੂੰ ਲੈ ਕੇ ਸਵਾਲ ਨੇ ਸਾਡੇ 'ਚ। ਅਸੀਂ ਵੋਟ ਦੇਖੋ ਜੋ ਸਾਡੇ 6 ਸਵਾਲਾਂ ਦੇ ਜਵਾਬ 'ਤੇ ਖਰੇ ਉਤਰਨਗੇ ਉਹਨਾਂ ਨੂੰ ਵੋਟ ਪਾਵਾਂ। ਮਤਲਬ ਸਾਡੀ ਵੀ ਉਮਰ 30-35 ਸਾਲ ਦੀ ਹੋ ਚੁੱਕੀ ਆ,
ਪਰ ਹਾਲੇ ਤੱਕ ਕੁਛ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਹੈਗਾ, ਹੈ ਨਾ। ਸਾਨੂੰ ਹੁਣ ਵੀ ਨਹੀਂ ਲੱਗਦਾ ਵੀ ਕਰੂਗੀ, ਪਰ ਜਿਹੜੀ ਸਾਡੀ ਹੁਣ ਅਸੀਂ ਨਿਊ ਜਨਰੇਸ਼ਨ ਅਸੀਂ ਉੱਠੇ ਹਾਂ, ਅਸੀਂ ਵੀ ਆਵਾਜ਼ ਉਠਾ ਰਹੇਗੇ। ਸਾਨੂੰ ਕੁਛ ਲੱਗਦਾ ਵੀ ਸਾਡੇ ਨਾਲ 100 ਦੇ ਵਿੱਚੋਂ 30% ਲੋਕ ਜੁੜ ਚੁੱਕੇ ਆ, ਅਤੇ ਸਾਨੂੰ ਐਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਰ ਵੀ ਜੁੜਨਗੇ, ਠੀਕ ਹੈ। ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਹੈ ਨਹੀਂ ਗੀ। ਬਾਕੀ ਜੇ ਜਿਹੜੀ ਵੀ ਹੁਣ ਕੋਈ ਵੀ ਸਰਪੰਚ ਮੈਂਬਰ ਜੋ ਸਰਕਾਰ ਕੋਈ ਉਮੀਦਵਾਰ ਉੱਠੂਗਾ ਤਾਂ ਸਾਡੇ ਸੇ ਸਵਾਲਾਂ ਦਾ ਪਹਿਲਾਂ ਜਵਾਬ ਦੇ ਦੇ, ਅਸੀਂ ਵੋਟ ਆਲਮੋਸਟ ਉਹਨਾਂ ਨੂੰ ਪਾਵਾਂਗੇ। ਚਲੋ ਜੇ ਕੋਈ ਰੁਜ਼ਗਾਰ ਹੋਊਗਾ ਇਹਦੇ ਏਰੀਏ ਦੇ ਵਿੱਚ, ਸਾਡੇ ਪਟਿਆਲੇ ਦੇ ਨਾਭੇ ਏਰੀਏ ਵਿੱਚ ਰੁਜ਼ਗਾਰ ਹੋਊਗਾ ਤਾਂ ਸਾਡੇ ਲੋਕ ਭੁੱਖੇ ਨਹੀਂ ਮਰਨਗੇ, ਸੱਥਾਂ ਦੇ ਵਿੱਚ ਬੈਠ ਕੇ ਤਾਂਸ ਨਹੀਂ ਖੇਡਣਗੇ, ਠੀਕ ਆ। ਜੇ ਕੰਮ ਦੇਊਗੀ ਸਰਕਾਰ ਸਾਨੂੰ ਤਾਂ ਸਾਡੇ ਬਜ਼ੁਰਗ ਲੋਕ ਨੇ ਜਿਹੜੇ ਮਨਰੇਗਾ ਦਾ ਉਹਨਾਂ ਨੂੰ ਲਾਭ ਮਿਲੇ, ਸਾਨੂੰ ਹੋਰ ਮਤਲਬ ਇਹ ਉਮੀਦਾਂ ਨੇ ਸਾਡੇ ਲਈ। ਸਾਨੂੰ ਇਹ ਆਟਾ ਦਾਲ ਸਕੀਮ ਇਹ ਨਹੀਂ ਚਾਹੀਦੀ, ਸਾਨੂੰ ਆਪਣਾ ਹੱਕ ਚਾਹੀਦਾ, ਸਾਨੂੰ ਚਾਹੀਦਾ ਵੀ ਅਸੀਂ ਕੰਮ ਕਰੀਏ, ਸਾਨੂੰ ਮਤਲਬ ਜੋਬ ਮਿਲੇ ਘਰ 'ਚ, ਹਰ ਇੱਕ ਨੂੰ ਇੱਕ ਮੈਂਬਰ ਨੂੰ ਜੋਬ ਮਿਲਣੀ ਚਾਹੀਦੀ ਆ, ਔਰ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਗਾ, ਤਾਂ ਜੋ ਅਸੀਂ ਆਪਣੀ ਹੱਕ ਦੀ ਰੋਟੀ ਖਾ ਸਕੀਏ। ਪੰਜਾਬ ਦੇ ਵਿੱਚ ਫਰੀਡਮ ਅੱਛਾ ਹੋਊਗਾ ਤਾਂ ਅਸੀਂ ਨਵੀਂ ਪੀੜ੍ਹੀ ਬਾਹਰ ਕਿਉਂ ਜਾਵਾਂਗੇ, ਇਹ ਤਾਂ ਤੁਸੀਂ ਵੀ ਸਮਝੋ। ਫਰੀਡਮ ਇੱਥੇ ਕੁੜੀਆਂ ਨੂੰ ਰਾਤ ਨੂੰ ਦਿਨ 'ਚ ਵੀ ਕੰਮ ਕਰਨ ਦਾ ਮਤਲਬ ਮਾਹੌਲ ਨਹੀਂ ਵਧੀਆ ਹੈਗਾ, ਠੀਕ ਹੈ। ਕਿੰਨੇ ਕਿੰਨੇ ਰੇਪ ਬਲਾਤਕਾਰ ਬਹੁਤ ਕੁਛ ਹੋ ਰਿਹਾ ਗਾ, ਲੁੱਟ ਖੋਹ, ਅਤੇ ਇਸ ਲਈ ਤਾਂ ਸਾਡੀ ਜਿਹੜੀ ਜਨਰੇਸ਼ਨ ਆ ਇਸ ਕਰਕੇ ਤਾਂ ਬਾਹਰ ਜਾ ਰਹੀ ਕਿਉਂਕਿ ਉੱਥੇ ਫਰੀਡਮ ਬਹੁਤ ਅੱਛਾ ਹੈ।